ਸ਼ੁਕਰ ਹੈ ਯਾ ਅੱਲਾ, ਮੇਰੀ ਜਨਾਨੀ ਨੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਸੀ। ਫਰਿੱਜਾਂ ਦੀ ਦੁਕਾਨ ਲੱਭ ਹੀ ਗਈ ਹੈ ਵੀਰ। ਦੁਕਾਨਦਾਰ ਕਿੱਥੇ ਹੈ? ਇੱਧਰ ਇੱਧਰ। ਹਾਂ ਦੁਕਾਨਦਾਰ, ਸਲਾਮ ਅਲੈਕੁਮ ਭਾਈ ਜਾਨ, ਕੀ ਹਾਲ ਚਾਲ? ਵਾਲੇਕੁਮ ਸਲਾਮ, ਠੀਕ ਠਾਕ, ਤੂੰ ਸੁਣਾ ਭਾਈ ਜਾਨ? ਤੁਹਾਡੀ ਮਿਹਰਬਾਨੀ, ਗਰੀਬ ਆਦਮੀ ਆ। ਜਨਾਨੀ ਨੇ ਫਰਮਾਇਸ਼ ਕੀਤੀ ਆ ਫਰਿੱਜ ਲੈਣੀ ਹੈ, ਤੇ ਫਰਿੱਜ ਮਿਲ ਜਾਏਗੀ ਵੀਰੇ? ਆ ਲੱਗੀਆਂ ਵੇਲਾ, ਕਿਹੜੀਆਂ ਲੈਣੀਆਂ ਵੇਲਾ? ਤੇਰੇ ਸਾਹਮਣੇ ਲੱਗੀਆਂ ਜਿੰਨੀਆਂ ਵੀ। ਹਾਂ ਵੀਰ, ਤੇਰੀ ਮਿਹਰਬਾਨੀ, ਫਰਿੱਜਾਂ ਤਾਂ ਸਾਰੀਆਂ ਸੋਹਣੀਆਂ ਨੇ, ਤੇ ਮੈਨੂੰ ਤਾਂ ਇਹ ਗੱਲ ਇਹਨਾਂ ਦੇ ਰੇਟ ਦੱਸ ਦੇ ਮੈਨੂੰ ਯਾਰ। ਵੀਰ ਵੀਰ ਤੇਰਾ ਮੈਂ ਤਰਲਾ ਕਰਨਾ ਵੀਰ, ਬੇਗਮ ਨੇ ਫਰਮਾਇਸ਼ ਕੀਤੀ ਕੋਈ ਫਰਿੱਜ ਵਿਖਾ ਦੇ ਯਾਰ। ਵੀਰ ਵੀਰ ਫਰਿੱਜ ਦਾ ਮੁਆਸਲਾ ਬਹੁਤ ਸੋਹਣੀ ਹੈ, ਕੀ ਰੇਟ ਹੈ ਇਹਦਾ? ਇਹਦਾ 55,000। ਤੇਰੀ ਮਿਹਰਬਾਨੀ, ਥੋੜੇ ਘੱਟ ਕਰ। ਤੇਰੀ ਮਿੰਨਤ ਵਾਲੀ ਗੱਲ ਯਾਰ, ਬੇਗਮ ਨੇ ਮੈਨੂੰ ਘਰੋਂ ਬਾਹਰ ਕਰ। ਉਹ ਵੱਡੇ ਭਰਾ ਕੋ ਫਰਿੱਜ ਹੈ, ਕੱਲ ਮੈਂ ਕਿਲੋ ਦੁੱਧ ਲਿਆਂਦਾ, ਮੈਂ ਬੇਗਮ ਨੂੰ ਕਿਹਾ ਫਰਿੱਜ ਰੱਖਾ, ਵੱਡੇ ਭਰਾ ਕੋ ਗਈ ਆ, ਉਹਨੇ ਫਰਿੱਜ ਨੀ ਰੱਖਿਆ, ਬਾਹਰ ਰੱਖ ਛੱਡਿਆ, ਸੁਬਹ ਉੱਠ ਕੇ ਵੇਖਿਆ ਫੁੱਟੇ ਦਾ ਸੀ ਯਾਰ। ਤੇਰੀ ਮਿਹਰਬਾਨੀ, ਮੈਂ ਬੇਗਮ ਨਾਲ ਵਾਅਦਾ ਕੀਤਾ ਯਾਰ। ਚੱਲ ਯਾਰ ਤੂੰ ਨਾ ਰੋ, ਤੂੰ 50,000 ਦੇ ਦੇ ਚੱਲ। ਯਾਰ ਨਹੀਂ ਯਾਰ, 50,000 ਰੁਪਇਆ ਨਹੀਂ ਹੈ ਮੇਰੇ ਕੋਲ, ਤੇਰੀ ਮਿਹਰਬਾਨੀ ਹੈ, ਰੁਪਇਆ 30,000 ਹੈ ਮੇਰੇ ਕੋਲ। ਅਲੀਲਾ ਯਾਰ, ਮਿੰਨਤ ਵਾਲੀ ਗੱਲ, ਤੂੰ ਆਪੀ ਸੋਚ 30,000 ਰੁਪਏ ਜਾਂਦੀ ਹੈ ਯਾਰ, ਮੇਰਾ ਅੰਦਰੋਂ ਦਿਲ ਰੋਣ ਡਿਆ ਯਾਰ, ਬੇਗਮ ਨੂੰ ਅੱਜ ਮੈਂ ਵਾਅਦਾ ਕਰਕੇ ਆਇਆ ਤੇਰੀ ਮਿਹਰਬਾਨੀ। ਪਹਿਲਾਂ ਦਿਲ ਕੱਢ ਕੇ ਫਾੜ ਹੁੰਦਾ ਗਿਆ ਯਾਰ, ਤੂੰ ਮੈਂ ਤੁਸੀਂ ਦਿਲ ਕੱਢਿਆ ਫਿਰ ਤੇ ਮੈਂ ਮਰ ਜਾਣਾ ਯਾਰ, ਕੀ ਬੋਝੂ ਕਹਿਣਾ। ਤੁਸੀਂ ਇੱਕ ਦਰਦ ਨਹੀਂ ਸਮਝਦੇ ਵਿੱਚ ਇੰਨਾ ਨੀੜਾ ਵਾਅਦਾ ਕਰਕੇ ਆਏ। ਤੁਹਾਡਾ ਵਿਆਹ ਹੋਇਆ? ਹੋਇਆ ਹੋਇਆ। ਤੂੰ ਤਾਂ ਨਹੀਂ ਰਨ ਮਰੀਦ ਅਭੀ? ਹੈਲੋ ਬੇਗਮ, ਫਰਿੱਜ ਨਹੀਂ ਮਿਲੀ ਹੈ, ਅੱਜ ਮੈਂ ਨਹੀਂ ਘਰ ਆਉਣਾ, ਤੂੰ ਮੈਨੂੰ ਮਾਰਨਾ, ਮੈਂ ਨਹੀਂ ਆਉਣਾ। ਵੀਰ ਤਰਲਾ ਹੀ ਆ ਦੇ ਦੇ ਯਾਰ। ਨਹੀਂ ਯਾਰ, ਹੁੰਦੀ ਤਾਂ ਕਰ ਦੇ, ਤੂੰ ਕਹਿ ਰਿਹਾ 15,000, 55,000, 15,000, ਕਿੰਨਾ ਕੁ ਫਰਕ ਤੈਨੂੰ ਮੈਂ ਪਾਵਾਂ? ਮਿੰਨਤ ਵਾਲੀ ਗੱਲ ਹੈ ਯਾਰ, ਤੂੰ ਉਂਝ ਇਲਾਵਾ ਤੇ ਲਾਈ ਆ ਦੇ ਦੇ ਯਾਰ। ਸ਼ੁਕਰ ਸ਼ੁਕਰ ਮੈਂ ਕੁਆਰਾ।